ਕਿ ਚੰਗਾ ਫਿਊਚਰ ਬਣਾਇਆ ਜਾ ਸਕਦਾ ਹੈ ਕੇਵਲ ਤਕਰੀਬਨ 4 ਤੋਂ 5 ਲੱਖ ਰੁਪਏ ਦੇ ਵਿੱਚ ਤੁਹਾਡੀ ਪੜ੍ਹਾਈ 'ਚ 4 ਤੋਂ 5 ਸਾਲ ਦਾ ਗੈਪ ਹੈ ਪਰ ਜਸਟੀਫਿਕੇਸ਼ਨ ਅਗਰ ਹੈਗੀਆਂ ਨੇ ਔਰ ਜੁਲਾਈ ਔਰ ਸਪਟੰਬਰ ਦੇ ਇੰਟੇਕ ਖੁੱਲੇ ਆ ਸੋ ਤੁਸੀਂ ਬੈਚ ਡਿਗਰੀ ਕਰਨੀ ਹੈ ਜਾਂ ਮਾਸਟਰ ਡਿਗਰੀ ਕਰਨੀ ਤਾਂ ਹੰਗਰੀ 'ਚ ਪੜ ਕੇ ਯੂਰਪ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਸ਼ੈਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਤੋਂ ਪਿਛਲੇ ਕੁਝ ਦਿਨਾਂ ਤੋਂ ਮੈਂ ਲਗਾਤਾਰ ਯੂਰਪ ਦੀਆਂ ਅਲੱਗ-ਅਲੱਗ ਕੰਟਰੀਜ਼ ਦੇ ਉੱਤੇ ਡਿਸਕਸ਼ਨ ਕਰਕੇ ਵੀਡੀਓ ਬਣਾ ਰਿਹਾ ਸੋ ਅੱਜ ਦੀ ਵੀਡੀਓ ਬਹੁਤ ਘੱਟ ਖਰਚੇ 'ਚ ਸ਼ੈਨਗਨ ਕੰਟਰੀ 'ਚ ਸ਼ੈਨਗਨ ਪਾਸਟ 'ਚ ਪੜਨਾ ਚਾਹੁੰਦੇ ਹੋ ਹੰਗਰੀ 'ਚ ਪੜਨਾ ਚਾਹੁੰਦੇ ਹੋ ਇਹ ਉਹਨਾਂ ਬੱਚਿਆਂ ਦੇ ਲਈ ਜਿਹੜੇ ਘੱਟ ਪੈਸੇ 'ਚ ਪੜਨਾ ਚਾਹੁੰਦੇ ਆ 100% ਸਫਲਤਾਦਾਰ ਨਾਲ ਵੀਜ਼ਾ ਲੈਣਾ ਚਾਹੁੰਦੇ ਆ ਔਰ ਯੂਰਪ ਚ ਪੜ ਕੇ ਇੱਕ ਚੰਗੇ ਪਿਖਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਸੋ ਸ਼ੁਰੂਆਤ ਕਰਦੇ ਹਾਂ ਦੋਸਤੋ ਵੀਡੀਓ ਐਂਡ ਤੱਕ ਦੇਖਿਓ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਭੁੱਲਣਾ ਬੈਲ ਵੜੇ ਬਟਨ ਦਾ ਨੋਟੀਫਿਕੇਸ਼ਨ ਓਨ ਕਰ ਲੈਣਾ ਤਾਂ ਕਿ ਜਿਹੜੀ ਵੀ ਅਲੱਗ-ਅਲੱਗ ਮੌਕਿਆਂ ਦੀ ਆਪਸ਼ਨ ਤੁਹਾਨੂੰ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਉਹਨਾਂ ਤੱਕ ਤੁਹਾਡੇ ਵੀਡੀਓ ਪਹੁੰਚ ਸਕੇ ਤੁਸੀਂ ਆਪਣੇ ਆਪ ਨੂੰ ਸਿਆਣਾ ਕਰ ਸਕੋ ਅਵੇਅਰ ਕਰ ਸਕੋ ਅਪਡੇਟ ਕਰ ਸਕੋ ਸੋ ਅੱਜ ਗੱਲ ਕਰਾਂਗੇ ਅਸੀਂ ਹੰਗਰੀ ਬਾਰੇ ਇੱਕ ਉਹ ਸ਼ੈਨਗਨ ਪਾਰਟ ਜਿੱਥੇ ਪੜ ਕੇ ਆਪਦੀ ਇੱਕ ਚੰਗੀ ਜ਼ਿੰਦਗੀ ਜਾਈ ਜਾ ਸਕਦੀ ਹੈ ਇੱਕ ਚੰਗਾ ਫਿਊਚਰ ਬਣਾਇਆ ਜਾ ਸਕਦਾ ਹੈ ਕੇਵਲ ਤਕਰੀ ਕਿਉਂਕਿ ਫੀਸ ਬੜੀ ਥੋੜੀ ਹੈ ਔਰ ਯੂਨੀਵਰਸਿਟੀ ਜਿਹੜੀ ਫੀਸ ਹੈ ਤਕਰੀਬਨ 3.5 ਹਜ਼ਾਰ ਯੂਰੋ ਦੇ ਲਾਗੇ ਚੱਕੇ ਫੀਸ ਹੈ ਸੋ 3-4 ਲੱਖ ਤੋਂ ਲੈ ਕੇ 5 ਕੁ ਲੱਖ ਤੱਕ ਟੋਟਲ ਖਰਚਾ ਇੰਨੇ ਪੈਸੇ ਨਾਲ ਯੂਰਪ ਸ਼ੈਨਗੇਨ ਚ ਯੂਨੀਵਰਸਿਟੀ ਡਿਗਰੀ ਨਹੀਂ ਕੀਤੀ ਜਾ ਸਕਦੀ ਇਹ ਮੇਰਾ ਓਪਨਲੀ ਦਾਵਾ ਓਪਨਲੀ ਚੈਲੰਜ ਹੈ ਸੋ ਅੱਜ ਅਸੀਂ ਲਗ ਲਗ ਮੁਲਕਾਂ ਦੀ ਆਪਸ਼ਨ ਦਾ ਨਾ ਸਾਂਝੀਆਂ ਕਰ ਰਹੇ ਹਾਂ ਤੁਸੀਂ 12ਵੀਂ ਪਾਸ ਕੀਤੀ ਹੈ ਤੁਹਾਡੇ ਨੰਬਰ 55% ਤੋਂ ਉੱਪਰ ਹੈ ਤੁਹਾਡੀ ਪੜ੍ਹਾਈ ਚ 4 ਤੋਂ 5 ਸਾਲ ਦਾ ਗੈਪ ਹੈ ਜਸਟੀਫਿਕੇਸ਼ਨ ਅਗਰ ਹੈਗੀਆਂ ਨੇ ਤਾਂ ਅੱਗੇ ਬੈਚ ਡਿਗਰੀ ਪੜਨ ਜਾਇਆ ਜਾ ਸਕਦਾ ਇਚ 5-6 ਸਾਲ ਦਾ ਗੈਪ ਹੈ ਜਸਟੀਫਿਕੇਸ਼ਨ ਹੈਗੀਆਂ ਨੇ ਅਗੇ ਮਾਸਟਰ ਡਿਗਰੀ ਪੜਨ ਜਾਇਆ ਜਾ ਸਕਦਾ ਔਰ ਜੁਲਾਈ ਔਰ ਸਪਟੰਬਰ ਦੇ ਇਨਟੇਕ ਖੁੱਲੇ ਆ ਤਕਰੀਬਨ 100% ਸਫਲਤਾਦਾਰ ਹੈ ਨਾ ਕੋਈ ਪੈਸੇ ਦਾ ਰਿਸਕ ਹੈ ਸੋ ਅਗਰ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਕਰਨੀ ਹੈ ਟੋਟਲ ਤੁਹਾਡਾ ਬਜਟ ਲਗਭਗ 3 ਤੋਂ ਲੈ ਕੇ 5 ਲੱਖ ਰੁਪਏ ਤੱਕ ਆ ਤਾਂ ਹੰਗਰੀਚ ਪੜ ਕੇ ਯੂਰਪ ਚ ਸ਼ੈਨੇਗਨ ਚ ਇੱਕ ਚੰਗੇ ਫਿਊਚਰ ਦੀ ਚੰਗੇ ਭੇਖ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਏਗੀ ਕਿਉਂਕਿ ਅਸੀਂ ਤਕਰੀਬਨ 30 ਤੋਂ ਉੱਪਰ ਮੁਲਕਾਂ 'ਚ ਬੱਚੇ ਭੇਜਦੇ ਆ ਪਿਛਲੇ 15 ਸਾਲ ਤੋਂ ਸੋ ਬੱਚਿਆਂ ਨੇ ਅਲੱਗ-ਅਲੱਗ ਮੈਸੇਜ ਸਾਨੂੰ ਕੀਤੇ ਕਿ ਅਲੱਗ-ਅਲੱਗ ਮੁਲਕ ਬਾਰੇ ਵੀਡੀਓ ਬਣਾਈ ਜਾਵੇ ਸੋ ਮੈਂ ਛੋਟੇ-ਛੋਟੇ ਵੀਡੀਓ ਬਣਾ ਕੇ ਅਲੱਗ-ਅਲੱਗ ਕੰਟਰੀ ਦੀ ਗੱਲ ਕਰ ਰਹੇ ਆ ਸੋ ਤੁਸੀਂ ਬੈਚ ਡਿਗਰੀ ਕਰਨੀ ਹੈ ਜਾਂ ਮਾਸਟਰ ਡਿਗਰੀ ਕਰਨੀ ਹੈ ਬਿਜ਼ਨਸ ਦੀ ਪੜਾਈ ਕਰਨੀ ਹੈ ਆ ਆਈਟੀ ਦੀ ਪੜਾਈ ਕਰਨੀ ਹੈ ਜਾਂ ਜਿੰਗ ਦੀ ਪੜਾਈ ਕਰਨੀ ਹੈ ਜਾਂ ਫਿਰ ਆਰਕੀਟੈਕਚਰ ਦੀ ਪੜਾਈ ਕਰਨੀ ਹੈ ਹਰ ਇੱਕ ਤਰ੍ਹਾਂ ਦੇ ਕੋਰਸ ਅਵੇਲੇਬਲ ਆ ਡਿਪੈਂਡ ਤੁਹਾਡੀ ਪ੍ਰੋਫਾਈਲ ਤੁਹਾਡੇ ਸਬਜੈਕਟ ਤੁਹਾਡੀ ਪਰਸੈਂਟੇਜ ਕਿੰਨੀ ਆ ਸੋ ਅਗਰ ਹੰਗਰੀਚ ਪੜ ਜੁਲਾਈ ਔਰ ਸਪਟੰਬਰ ਦੇ ਇਨਟੇਕ ਨੂੰ ਵੇਲ ਕਰਨਾ ਚਾਹੁੰਦੇ ਹੋ ਜਲੰਧਰ ਮੁਹਾਲੀ ਅਮਰਸਾਦ ਤਿੰਨਾਂ ਦਫ਼ਤਰਾਂ ਚ ਨੀਚੇ ਜੋ ਸਕ੍ਰੀਨ ਤੇ ਨੰਬਰ ਚੱਲ ਰਹੇ ਐ ਤੇ ਕਾਲ ਕਰਕੇ ਆਪਮਣ ਲੈ ਕੇ ਮਿਲਿਆ ਜਾ ਸਕਦਾ ਔਰ ਹੰਗਰੀ ਚ ਪੜਨ ਲਈ ਆਪਣੇ ਪ੍ਰੀਖ ਨੂੰ ਪਹਿਲੇ ਪਾਸੇ ਤੋਰਿਆ ਜਾ ਸਕਦਾ ਥੈਂਕ ਯੂ ਸੋ ਮੱਚ